ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ, ਜਿੰਨੀ ਦੇਰ ਤੱਕ ਆਪਾਂ ਅਭਿਆਸ ਕਰਨਾ ਸ਼ੁਰੂ ਨਹੀਂ ਕਰਦੇ, ਜਦੋਂ ਸਾਡਾ ਮਨ ਮਾਇਆ ਦੇ ਰੁਝੇਵਿਆਂ ਵਿੱਚ ਰੁੱਝਿਆ ਹੁੰਦਾ ਹੈ, ਅਤੇ ਉਸ ਤੋਂ ਪਹਿਲੇ ਸਟੇਜ 'ਤੇ ਫਿਰ ਸਾਨੂੰ ਸੰਗਤ ਵਿੱਚੋਂ ਜਿਹੜੀ ਵਿਧੀ ਪਤਾ ਲੱਗਦੀ ਆ, ਉਹ ਇਹੀ ਆ ਕਿ ਆਪਾਂ ਸ਼ੈਡਿਊਲ ਬਣਾ ਕੇ ਗੁਰਮੰਤਰ ਦਾ ਅਭਿਆਸ ਕਰਨਾ ਹੁੰਦਾ ਹੈ। ਇੱਕ ਟਾਈਮ ਫਿਕਸ ਕਰਕੇ ਪਹਿਲੀ ਸਟੇਜ 'ਤੇ ਬਾਣੀ ਪੜ੍ਹਨੀ ਹੁੰਦੀ ਹੈ ਅਤੇ ਗੁਰਮੰਤਰ ਦਾ ਅਭਿਆਸ, ਤਾਂ ਕਿ ਫਿਰ ਜਦੋਂ ਅਸੀਂ ਇੱਕ ਟਾਈਮ ਫਿਕਸ ਕਰਕੇ ਕਰਦੇ ਹਾਂ ਅਤੇ ਉਹਦੇ ਵਿੱਚ ਜਿਹੜਾ ਸਾਡਾ ਮਨ ਆ ਉਹ ਜ਼ਿਆਦਾ ਬਾਹਲਾ ਅੰਦਰ ਬਾਹਰ ਭੱਜਣਾ ਬੰਦ ਕਰ ਦਿੰਦਾ ਅਤੇ ਗੁਰਮੰਤਰ ਕਰਨ ਦਾ ਥੋੜ੍ਹੇ ਦਿਨ ਬਾਅਦ ਹੀ ਹੈਬਿਚੁਅਲ ਹੋ ਜਾਂਦਾ ਹੈ ਅਤੇ ਉਹਦਾ ਸ਼ਬਦ ਦੇ ਨਾਲ ਪਿਆਰ ਪੈਣਾ ਸ਼ੁਰੂ ਹੋ ਜਾਂਦਾ ਹੈ। ਪਰ ਜਿਵੇਂ ਫਿਰ ਅਸੀਂ ਸਾਡਾ ਸ਼ਬਦ ਦੇ ਨਾਲ ਪਿਆਰ ਪੈ ਗਿਆ, ਉਸ ਤੋਂ ਬਾਅਦ ਆਪਾਂ ਕੋਸ਼ਿਸ਼ ਕਰਨੀ ਹੁੰਦੀ ਹੈ ਕਿ ਤੁਰਦੇ ਫਿਰਦੇ ਵੀ ਨਾਲ ਜਿਵੇਂ ਜਿਵੇਂ ਪਿਆਰ ਨੂੰ ਹੋਰ ਵਧਾਉਣਾ ਹੁੰਦਾ ਹੈ, ਜੇ ਅਨਹਦ ਬਾਣੀ ਸ਼ਬਦ ਅੰਦਰ ਪ੍ਰਗਟ ਹੋ ਗਿਆ ਉਹਨਾਂ ਨੂੰ ਵੀ ਨਾਲ ਨਾਲ ਸੁਣ ਕੇ ਪ੍ਰੈਕਟੀਕਲ ਕਰਨਾ ਹੁੰਦਾ ਹੈ। ਇਹ ਮਨ ਨੂੰ ਗੁਰਮੰਤਰ ਦੇ ਨਾਲ ਪਿਆਰ ਪਾਉਣ ਦੀਆਂ ਅਲੱਗ ਅਲੱਗ ਯੁਗਤੀਆਂ ਹੁੰਦੀਆਂ ਨੇ, ਪਰ ਆਪਾਂ ਸਿਟਿੰਗ ਦਾ ਫੁਰਨਾ ਇੰਨਾ ਵੀ ਨਹੀਂ ਬਣਾ ਲੈਣਾ ਹੁੰਦਾ। ਕਈ ਵਾਰੀ ਹੁੰਦਾ ਕਿਉਂਕਿ ਇਹ ਕਰਮ ਹੈ, ਕਰਮ ਦੇ ਵਿੱਚ ਕਿਸੇ ਵੀ ਤਰੀਕੇ ਦਾ ਮੋੜ ਆ ਸਕਦਾ ਹੈ, ਆਪਣੇ ਟਾਈਮ ਦੇ ਵਿੱਚ ਸਾਡੇ ਜੋ ਕਰਮ ਕਰਦੇ ਹਾਂ ਉਹਦੇ ਵਿੱਚ ਕੋਈ ਵੀ ਉਤਾਰ ਚੜਾਵ ਆ ਸਕਦਾ, ਔਰ ਇਹ ਸਾਡਾ ਫਿਰ ਸ਼ਬਦ ਦਾ ਅਭਿਆਸ ਜਿਹੜਾ ਆ ਉਹ ਕਈ ਵਾਰ ਟਾਈਮ ਤੋਂ ਡਿਸਟਰਬ ਹੋ ਜਾਂਦਾ ਆ, ਅਤੇ ਜੇ ਅਸੀਂ ਇਹ ਚੀਜ਼ ਨੂੰ ਜ਼ਿਆਦਾ ਦ੍ਰਿੜ ਕਰ ਲਾਂਗੇ ਤਾਂ ਉਹ ਸਤੋ ਗੁਣੀ ਵਿਚਾਰ ਫਿਰ ਸਾਨੂੰ ਆਉਣ ਲੱਗ ਜਾਂਦੇ ਆ, ਅਤੇ ਤੁਸੀਂ ਇਹ ਸਾਰੀ ਖੇਲ ਨੂੰ ਮਾਲਕ ਦੀ ਖੇਲ ਹੀ ਸਮਝ ਕੇ ਅਤੇ ਇਸ ਕਰਕੇ ਨਾਲ ਨਾਲ ਆਪਾਂ ਜਿਹੜੀ ਜ਼ਿੰਦਗੀ ਆ ਉਹਨੂੰ ਵੀ ਇੰਜੋਏ ਕਰਨਾ ਅਤੇ ਨਾਲ ਸ਼ਬਦ ਦੇ ਅਭਿਆਸ ਨੂੰ ਕਰੀ ਜਾਣਾ। ਇੰਜੋਏਮੈਂਟ ਉਹ ਹੁੰਦੀ ਹੈ ਵੀ ਜਦੋਂ ਆਪਾਂ ਜ਼ਿੰਦਗੀ ਦਾ ਕੋਈ ਵੀ ਕਰਮ ਕਰਦੇ ਹਾਂ ਮਾਲਕ ਨੂੰ ਯਾਦ ਰੱਖਦੇ ਹਾਂ, ਚਾਹੇ ਜਪ ਕੇ ਸ਼ਬਦ ਦੇ ਅਭਿਆਸ ਨੂੰ ਮੁੱਖੋਂ ਜਪ ਕੇ, ਚੈਂਤਰ ਜਗਤ ਜਪ ਕੇ, ਜੇ ਸਾਡਾ ਜ਼ਿਆਦਾ ਪਿਆਰ ਪੈ ਗਿਆ ਤਾਂ ਫਿਰ ਧਿਆ ਕੇ ਧਿਆਨ ਦੇ ਵਿੱਚ ਵੀ ਅਸੀਂ ਮਾਲਕ ਦੇ ਸਨਮੁੱਖ ਰਹਿੰਦੇ ਹਾਂ, ਅਤੇ ਜਦੋਂ ਅਸੀਂ ਇਸ ਤਰ੍ਹਾਂ ਹੈਬਿਚੁਅਲ ਜ਼ਿਆਦਾ ਹੋ ਜਾਵਾਂਗੇ ਫਿਰ ਸਾਨੂੰ ਸਤੋ ਗੁਣੀ ਵਿਚਾਰ ਜਾਂ ਫਿਰ ਸਾਡਾ ਮਤਲਬ ਕਿ ਸਾਨੂੰ ਖਿੱਝ ਜ਼ਿਆਦਾ ਚੜੂਗੀ, ਅਸੀਂ ਜ਼ਿਆਦਾ ਕਿਸੇ ਨਾਲ ਬੋਲਾਂਗੇ ਨਹੀਂ, ਅਸੀਂ ਕਿਸੇ ਦੇ ਘਰ ਜਾ ਕੇ ਕੁਛ ਖਾਵਾਂਗੇ ਨਹੀਂ, ਇਸ ਤਰ੍ਹਾਂ ਦੀਆਂ ਫਿਰ ਅੱਗੇ ਜਿਹੜੀਆਂ ਨੇ ਉਹ ਖੇਲਾਂ ਚੱਲ ਪੈਂਦੀਆਂ ਨੇ। ਸੋ ਇਹ ਜ਼ਿਆਦਾ ਤੁਸੀਂ ਵਿਚਾਰ ਨਹੀਂ ਬਣਾਉਣਾ, ਜੇ ਸਾਡਾ ਸ਼ਬਦ ਦੇ ਨਾਲ ਹੁਣ ਪਿਆਰ ਪਿਆ ਹੀ ਹੋਇਆ ਆ ਹੋ ਰਿਹਾ ਅਤੇ ਉਹਨੂੰ ਫਿਰ ਤੁਰਦੇ ਫਿਰਦੇ ਉਸ ਪਿਆਰ ਨੂੰ ਅੱਗੇ ਵਧਾਓ ਅਤੇ ਇਕੱਲਾ ਇੱਥੋਂ ਤੱਕ ਨਹੀਂ। ਅਤੇ ਜੇਕਰ ਕਦੇ ਸਾਨੂੰ ਕੋਈ ਬਾਹਲਾ ਕਰਮ ਹੁੰਦਾ ਹੈ, ਕੋਈ ਜ਼ਰੂਰੀ ਕੰਮ ਹੁੰਦਾ ਹੈ ਜਾਂ ਕੋਈ ਐਸਾ ਦਿਨ ਬਣਦਾ ਹੈ ਸਾਡਾ ਨਹੀਂ ਵੀ ਸੈਟਿੰਗ ਹੋ ਪਾਉਂਦੀ, ਅਤੇ ਕੋਈ ਗੱਲ ਨਹੀਂ, ਉਹ ਦਿਨ ਆਪਾਂ ਸਤੋ ਗੁਣੀ ਫੁਰਨੇ ਨਹੀਂ ਲਈ ਜਾਣੇ ਵੀ ਹਾਏ ਅੱਜ ਮੈਂ ਇਹ ਕਰ ਨਹੀਂ ਸਕਿਆ ਵੀ ਜਾਂ ਮੇਰਾ ਤਾਂ ਨਾਗਾ ਪੈ ਗਿਆ, ਇਸ ਤਰ੍ਹਾਂ ਨਹੀਂ ਕਰਨਾ ਹੁੰਦਾ। ਮਹਾਰਾਜ ਦਾ ਹੁਕਮ ਹੀ ਚੱਲਦਾ, ਹੁਕਮ ਬੂਝ ਪਰਮ ਸੁਖ ਪਾਈ ਆ, ਅਤੇ ਹੁਕਮ ਦੇ ਵਿੱਚ ਹੀ ਆਪਾਂ ਖੇਲ ਚੱਲਣਾ, ਇਸ ਤਰ੍ਹਾਂ ਜ਼ਿਆਦਾ ਵਿਚਾਰ ਨਹੀਂ ਬਣਾਉਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ